ਮੇਰਾ ਨਾਮ ਅਰੁਣ ਕੁਮਾਰ ਸੋਂਦੀ, ਮੈਂ ਚੰਡੀਗੜ੍ਹ ਤੋਂ ਬਿਲੋਂਗ ਕਰਦਾ ਬੇਸਿਕਲੀ, ਅਤੇ ਹੁਣ ਮੈਂ ਅੱਜ ਕੱਲ੍ਹ ਜੀਰਕਪੁਰ ਰਹਿ ਰਿਹਾ ਮੈਂ, ਅਤੇ ਮੇਰਾ ਵੇਟ ਬਹੁਤ ਜ਼ਿਆਦਾ ਹੋ ਗਿਆ ਸੀ ਇੱਥੇ ਜਦੋਂ ਮੈਂ ਆਇਆ, ਮੇਰਾ ਵੇਟ 112 ਕਿਲੋ ਸੀਗਾ, ਅਤੇ ਉਸ ਤੋਂ ਬਾਅਦ ਮੈਂ ਮੇਰੇ ਦੋਸਤ ਨਾਲ ਡਾਕਟਰ ਮਿੱਤਲ ਲੈਬੋਰਟਰੀ ਵਾਲੇ ਡਾਕਟਰ ਵਿਨੋਦ ਮਿੱਤਲ, ਉਹਨਾਂ ਨੇ ਮੈਨੂੰ ਸੁਜੈਸਟ ਕੀਤਾ ਵੀ ਡਾਕਟਰ ਅਮਿਤ ਸੂਦ ਕੋਲ ਜਾਓ, ਤੁਸੀਂ ਇੱਕ ਵਾਰੀ ਜਾ ਕੇ ਦਿਖਾ ਕੇ ਆਓ, ਕਿਉਂਕਿ ਮੇਰਾ ਵੇਟ ਦੇ ਨਾਲ ਨਾਲ ਮੇਰੀ ਸ਼ੂਗਰ ਬਹੁਤ ਵੱਧ ਗਈ ਸੀ, ਮੇਰਾ BP ਵੀ ਬਹੁਤ ਹਾਈ ਰਹਿਣ ਲੱਗ ਗਿਆ ਸੀਗਾ, ਅਤੇ ਮੈਂ ਦੋਨੋਂ ਤਿਆਂ ਦੀਆਂ ਦਵਾਈਆਂ ਮੈਡੀਸਿਨਸ ਦੋਨਾਂ ਦੀਆਂ ਲੈਂਦਾ ਸੀਗਾ, ਸ਼ੂਗਰ ਦੀਆਂ ਚਾਰ ਪੰਜ ਗੋਲੀਆਂ ਮੈਂ ਸਵੇਰੇ ਖਾਂਦਾ ਸੀ, ਚਾਰ ਪੰਜ ਗੋਲੀਆਂ ਸ਼ਾਮ ਨੂੰ ਖਾਂਦਾ ਸੀ, BP ਦੀ ਗੋਲੀ ਰੋਜ਼ ਸਵੇਰੇ ਖਾਂਦਾ ਸੀਗਾ, ਅਤੇ ਉਹ ਫਿਰ ਮੈਂ ਜਦੋਂ ਡਾਕਟਰ ਸੂਦ ਸਾਹਿਬ ਨੂੰ ਮਿਲਿਆ ਅਮਿਤ ਸੂਦ ਜੀ ਨੂੰ, ਅਤੇ ਇਹਨਾਂ ਨੂੰ ਮਿਲ ਕੇ ਬਹੁਤ ਚੰਗਾ ਲੱਗਿਆ, ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਮੈਨੂੰ ਗਾਈਡ ਕੀਤਾ, ਮੇਰੀਆਂ 2 ਮੀਟਿੰਗਾਂ ਹੋਈਆਂ ਇਹਨਾਂ ਨਾਲ, ਉਸ ਤੋਂ ਬਾਅਦ ਮੇਰਾ ਫਿਰ ਇਹਨਾਂ ਨੇ ਓਪਰੇਸ਼ਨ ਦਾ ਕੀਤਾ ਵੀ ਢਿੱਡ ਦਾ ਓਪਰੇਸ਼ਨ ਹੋਏਗਾ, ਨਾਲ ਮੈਨੂੰ ਪੇਟ ਦੇ ਮੇਰਾ ਧੁੰਨੀ ਦਾ ਹਰਨੀਆਂ ਵੀ ਸੀਗਾ, ਅਤੇ ਮੈਂ ਦੋਨੋਂ ਚੀਜ਼ਾਂ ਇਕੱਠੀਆਂ ਓਪਰੇਟ ਕਰਾਈਆਂ ਇਹਨਾਂ ਕੋਲੋਂ, ਅਤੇ ਮੇਰਾ ਬਹੁਤ ਵਧੀਆ ਇਲਾਜ ਕੀਤਾ ਇਹਨਾਂ ਨੇ, ਅਤੇ ਮੈਂ 4-5 ਦਿਨ ਇਹਨਾਂ ਕੋਲ ਇੱਥੇ ਰਿਹਾ, ਮੈਂ ਸਾਰਾ ਸਟਾਫ, ਸਾਰੇ ਨਰਸਿਸ, ਸਾਰੇ ਬੱਚੇ, ਸਾਰੇ ਬਹੁਤ ਵਧੀਆ, ਸਭ ਨੇ ਟ੍ਰੀਟ ਕੀਤਾ ਬਹੁਤ ਵਧੀਆ, ਐਂਡ ਮੇਰੀ ਜਿਹੜੀ ਮੈਡੀਸਿਨ ਸੀਗੀਆਂ ਹੁਣ ਸ਼ੂਗਰ ਦੀ, ਮੈਨੂੰ 15 ਦਿਨ ਹੋ ਗਏ ਮੈਂ ਸ਼ੂਗਰ ਦੀ ਮੈਡੀਸਿਨ ਮੈਂ ਖਾਧੀ ਨਹੀਂ, ਮੈਨੂੰ ਲੋੜ ਨਹੀਂ ਪਈ ਸ਼ੂਗਰ ਦੀ ਮੈਡੀਸਿਨ ਖਾਣ ਦੀ ਹਲੇ ਤੱਕ, ਅਤੇ BP ਦੀ ਗੋਲੀ ਮੈਂ ਉਹ ਵੀ ਨਹੀਂ ਖਾ ਰਿਹਾ, ਉਹ ਵੀ ਬਹੁਤ ਘੱਟ, ਜੇ ਲੋੜ ਪਈ ਮੈਂ ਖਾ ਲੈਣਾ, ਵੈਸੇ ਮੈਂ ਹਜੇ ਮੈਨੂੰ ਲੋੜ ਨਹੀਂ ਪੈ ਰਹੀ, ਮੇਰਾ ਵੇਟ ਵੀ ਘੱਟ ਗਿਆ, ਮੇਰਾ ਵੇਟ 8 ਕਿਲੋ ਵੇਟ ਘੱਟ ਗਿਆ ਮੇਰਾ, ਹੈ ਨਾ, 15 ਦਿਨ ਦੇ ਵਿੱਚ ਵਿੱਚ ਹੀ 8 ਕਿਲੋ ਵੇਟ ਘੱਟ ਗਿਆ ਮੇਰਾ, ਅਤੇ ਮਤਲਬ ਮੈਨੂੰ ਬਹੁਤ ਇਸ ਟਾਈਮ ਚੰਗਾ ਫੀਲ ਹੋ ਰਿਹਾ, ਮੈਨੂੰ ਆਪਣੇ ਆਪ ਨੂੰ ਐਂ ਲੱਗ ਰਿਹਾ ਜਿਵੇਂ ਮਤਲਬ ਵੀ ਮੈਂ ਮਤਲਬ ਬਹੁਤ ਈਜ਼ੀ ਹੁਣ ਘੁੰਮ ਫਿਰ ਰਿਹਾ, ਪਹਿਲਾਂ ਮੈਨੂੰ ਥੋੜ੍ਹਾ ਚੱਲਣ 'ਚ ਵੀ ਦਿੱਕਤ ਆਉਂਦੀ ਸੀਗੀ, ਪ੍ਰੋਬਲਮ ਆਉਂਦੀ ਸੀ, ਤਾਂ ਮੈਨੂੰ ਸਾਰੀਆਂ ਪ੍ਰੋਬਲਮ ਮੇਰੀਆਂ ਹੌਲੀ ਹੌਲੀ ਸਭ ਦੂਰ ਹੋ ਰਹੀਆਂ, ਖਤਮ ਹੋ ਰਹੀਆਂ, ਐਂਡ ਮੈਂ ਸਗੋਂ ਮੈਂ ਜਦੋਂ ਮੈਂ 94 'ਚ ਮੈਂ ਕੈਨੇਡਾ ਤੋਂ ਆਇਆ ਸੀਗਾ, ਤਾਂ ਉਦੋਂ ਮੇਰਾ ਵੇਟ ਸੀਗਾ ਓਨਲੀ 82-83 ਕੇ ਜੀ, ਲੇਕਿਨ ਮੇਰਾ ਇੱਥੇ ਵੇਟ ਬਾਅਦ 'ਚ ਵੱਧ ਗਿਆ, 148 ਹੋ ਗਿਆ ਸੀ ਮੇਰਾ ਵੇਟ, ਅਤੇ ਹੁਣ ਜਦੋਂ ਓਪਰੇਸ਼ਨ ਕਰਾਇਆ ਮੈਂ, ਮੇਰਾ 112 ਸੀਗਾ, 112 ਕਿਲੋ ਮੇਰਾ ਵੇਟ ਸੀਗਾ, ਅਤੇ ਹੁਣ ਮੇਰਾ 103 ਕਿਲੋ ਵੇਟ ਰਹਿ ਗਿਆ ਮੇਰਾ, ਅਤੇ ਬਾਕੀ ਹੁਣ ਮੈਂ ਇਹਨਾਂ ਦਾ ਸਾਰੇ ਸਟਾਫ ਦਾ ਸਭ ਦਾ ਸ਼ੁਕਰਗੁਜ਼ਾਰ ਹਾਂ, ਮੇਰਾ ਇਹਨਾਂ ਨੇ ਬਹੁਤ ਚੰਗੇ ਤਰੀਕੇ ਨਾਲ ਮੇਰਾ ਇਲਾਜ ਕੀਤਾ, ਮੈਨੂੰ ਬਹੁਤ ਵਧੀਆ ਇਹਨਾਂ ਨੇ ਮੈਨੂੰ ਮੇਰਾ ਇਹਨਾਂ ਕੋਪਰੇਟ ਕੀਤਾ ਮੈਨੂੰ, ਅਤੇ ਮੈਂ ਸਭ ਨੂੰ ਤੁਹਾਨੂੰ ਕਹੂੰਗਾ ਵੀ ਜੇ ਕਿਸੇ ਨੇ ਕੋਈ ਇੱਦਾਂ ਦੀ ਸਰਜਰੀ ਕਰਾਉਣੀ ਹੈ ਤਾਂ ਮੋਗੇ 'ਚ ਹੀ ਆਓ, ਅਮਿਤ ਸੂਦ ਜੀ ਕੋਲ ਹੀ ਆਓ, ਇਹਨਾਂ ਤੋਂ ਵਧੀਆ ਹੋਸਪਿਟਲ ਵੀ ਕੋਈ ਨਹੀਂ, ਔਰ ਇਹਨਾਂ ਤੋਂ ਵਧੀਆ ਕੋਈ ਕੇਅਰ ਵੀ ਕੋਈ ਨਹੀਂ ਕਰਦਾ, ਉਹਨਾਂ ਦਾ ਹੱਥ ਇੰਨਾ ਸਾਫ਼ ਹੈ ਤੁਸੀਂ ਸੋਚ ਵੀ ਨਹੀਂ ਸਕਦੇ, ਮੈਨੂੰ ਪਤਾ ਵੀ ਨਹੀਂ ਲੱਗਿਆ ਮੇਰੇ ਜਦੋਂ ਓਪਰੇਸ਼ਨ ਮੇਰਾ ਕਰ ਵੀ ਦਿੱਤਾ ਸਭ ਕੁਛ ਹੋ ਗਿਆ, ਮੈਨੂੰ ਪਤਾ ਹੀ ਲੱਗਿਆ, ਮੈਨੂੰ ਹੁਣ ਅੱਜ ਮੈਂ ਟਾਂਕੇ ਖਲਵਾਉਣ ਆਇਆ ਸੀਗਾ, ਮੈਨੂੰ ਮਹਿਸੂਸ ਹੀ ਨਹੀਂ ਹੋ ਰਿਹਾ ਵੀ ਮੈਂ ਓਪਰੇਸ਼ਨ ਕਰਾਇਆ, ਬੜੀ ਮਿਹਰਬਾਨੀ ਤੁਹਾਡੇ ਸਾਰਿਆਂ ਦੀ, ਅਤੇ ਹੱਥ ਜੋੜ ਕੇ ਬੇਨਤੀ ਹੈ ਸਾਰੇ ਤੁਸੀਂ ਡਾਕਟਰ ਅਮਿਤ ਸੂਦ ਨੂੰ ਮਿਲੋ, ਉਹਨਾਂ ਦੇ ਸਟਾਫ ਨੂੰ ਮਿਲੋ ਆ ਕੇ, ਕੋਈ ਤੁਹਾਨੂੰ ਕੋਈ ਦਿੱਕਤ ਹੈ, ਕੋਈ ਪ੍ਰੋਬਲਮ ਹੈ, ਉਹ ਤੁਹਾਡੀ ਹੈਲਪ ਕਰਨਗੇ, ਥੈਂਕ ਯੂ ਸੋ ਨਾਈਸ ਫੋਰ ਯੂ, ਓਕੇ, ਬਾਏ।